ਖੇਡਾਂ ਤੋਂ ਮਨੋਰੰਜਨ ਅਤੇ ਮਨੋਰੰਜਨ ਤੋਂ ਬਾਅਦ ਸਿਆਸਤ। ਵੱਖ-ਵੱਖ ਖੇਤਰਾਂ ਨਾਲ ਜੁੜੇ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਹਰ ਖੇਤਰ ਵਿੱਚ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਰਹੇ ਨੇ, ਪਰ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੇ ਸਿਆਸੀ ਅਤੇ ਮਨੋਰੰਜਨ ਜਗਤ ਦੋਵੇਂ ਪਾਸੇ ਹਲਚਲ ਛੇੜ ਦਿੱਤੀ ਹੈ। ਸਿੱਧੂ ਨੇ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਭਾਸ਼ਣ ਦੌਰਾਨ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਪ੍ਰਸਾਰਣ ਇੱਕ ਹੀ ਨਿੱਜੀ ਚੈਨਲ ਦੁਆਰਾ ਦਿਖਾਏ ਜਾਣ ਤੇ ਵਿਰੋਧ ਜਤਾਉਂਦਿਆਂ ਇਸ ਨੂੰ ਹਰ ਚੈਨਲ ਤੇ ਦਿਖਾਏ ਜਾਣ ਦੀ ਗੱਲ ਕਹੀ ਹੈ। ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਤੇ ਫਿਰ ਇਹ ਜਿਹੜੀ ਸਰਬ ਸਾਂਝੀ ਬਾਣੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਸਾਂਝੀ ਬਾਣੀ ਹੈ, ਜਿਹੜੀ ਸਾਡੇ ਲਈ ਅੰਮ੍ਰਿਤ ਹੈ, ਜਿਹੜੀ ਸਾਡੇ ਲਈ ਜ਼ਿੰਦਗੀ ਦੇ ਵਿੱਚ ਸੇਧ ਹੈ, ਦਿਸ਼ਾ ਹੈ, ਮਾਰਗ ਦਰਸ਼ਨ ਹੈ, ਉਹ ਸਿਰਫ ਇੱਕ ਚੈਨਲ ਦੇ ਉੱਤੇ ਕਿਉਂ ਆਵੇ, ਉਹ ਹਰੇਕ ਚੈਨਲ ਦੇ ਉੱਤੇ ਕਿਉਂ ਨਾ ਜਾਵੇ, ਉਹ ਸੈਟੇਲਾਈਟ ਦੇ ਰਾਹੀਂ ਹਰ ਘਰ ਦੇ ਵਿੱਚ ਕਿਉਂ ਨਾ ਪਹੁੰਚੇ। ਸਿੱਧੂ ਦਾ ਕਹਿਣਾ ਹੈ ਕਿ ਇਸ ਬਾਰੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕਰ ਚੁੱਕੇ ਨੇ। ਔਰ ਇਹ ਆਪਣੀ ਤਜਾਰਤ ਕਿਉਂ ਕਰਨ, ਇਸ ਕਰਕੇ ਮੈਂ ਇਹ ਇੱਕ ਇਲਤਜਾ ਕੀਤੀ ਹੈ ਉਹਨਾਂ ਨੂੰ ਕਿ ਬਜ਼ੁਰਗੋ ਇਸ ਗੱਲ ਦੇ ਉੱਤੇ ਧਿਆਨ ਦਿਓ, ਹਰੇਕ ਚੈਨਲ ਨੂੰ ਇਹ ਬਾਣੀ ਜਾਣੀ ਚਾਹੀਦੀ ਹੈ, ਹਰ ਜਗ੍ਹਾ ਦੇ ਉੱਤੇ ਵਿਸ਼ਵ ਦੇ ਵਿੱਚ ਇਹ ਬਾਣੀ ਜਾਣੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਦੀ ਗੱਲ ਭਾਵੇਂ ਵਿਚਾਰਨਯੋਗ ਹੈ, ਪਰ ਇਸ ਬਾਰੇ ਅਗਲੀ ਕਾਰਵਾਈ ਕਦੋਂ ਅਤੇ ਕਿਵੇਂ ਸਾਹਮਣੇ ਆਉਂਦੀ ਹੈ ਇਹ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।